देख ला जिंदगी कारा कटनी है तांगे कटनी है कल फेशिया कचहरी तेरे जट दी ही गाने बैन हुए हुए ਉਹ ਤੱਕ ਤੱਕ ਕਿੱਦਾਂ ਦੀ ਸੀਗੀ ਮੈਂ ਉਹਦੇ ਬਾਰੇ ਜਾਣਨਾ ਉਹ ਤੱਕ ਤੱਕ ਬਹੁਤ ਭੈੜੀ ਸੀ ਕੀ ਹੋ ਗਿਆ ਨਾਲ ਦੀ ਨਾਲ ਕੋਈ ਵੀ ਪੋਸਟ ਦੇਖ ਲੈਣੀ ਨਾਲ ਦੀ ਨਾਲ ਮੈਂ ਕਰਜ ਭਾਜੀ ਨੂੰ ਫੋਨ ਕਰਨਾ ਭਾਜੀ ਇਹੋ ਜਿਹਾ ਕੁਛ ਤਾਂ ਨਹੀਂ ਹੋ ਗਿਆ ਉਹ ਨਹੀਂ ਨਹੀਂ ਠੀਕ ਹੈ ਫੈਨ ਪੇਜਸ ਦੇ ਉੱਤੇ ਲੋਕ ਲਿਖ ਰਹੇ ਕਿ ਆਪਾਂ ਥੀਏਟਰ ਪਹੁੰਚੇ ਅਤੇ ਫਿਲਮੀ ਲੱਗੀ ਅੱਛਾ ਸ਼ਾਮ ਜਦੋਂ ਹੋਈ ਜਦੋਂ ਖੁਸ਼ੀ ਦਾ ਮਾਹੌਲ ਆਇਆ ਜਦੋਂ ਪਤਾ ਲੱਗਿਆ ਫਿਰ ਕੀ ਰਿਐਕਸ਼ਨ ਸੀ ਭੰਗੜੇ ਪਾਏ ਸਾਡੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਘਰੇ ਓਨੈਸਟਲੀ ਜੇ ਮੈਂ ਜੀ ਸਹੀ ਦੱਸਾਂ ਮੈਂ ਮੱਥਾ ਟੇਕਿਆ ਪਹਿਲਾਂ ਤਾਂ ਫਿਰ ਲਲਕਾਰਾ ਮਾਰਿਆ ਕੀ ਹੋਈ ਯਾਰ ਆਪਾਂ ਮਿਹਨਤ ਬਹੁਤ ਕੀਤੀ ਹੈ ਆਪਣੇ ਨਾਲ ਮਾੜਾ ਨਹੀਂ ਹੋਊਗਾ ਫਿਲਮ ਆਊਗੀ ਮੈਂ ਤਾਂ ਖੁਸ਼ਕਿਸਮਤ ਹਾਂ ਪਰਮਾਤਮਾ ਹਮੇਸ਼ਾ ਮੇਹਰ ਰੱਖੇ ਮੇਰੇ ਯਾਰ ਦੋਸਤ ਆਸੇ ਪਾਸੇ ਵਾਲੇ ਬਹੁਤ ਵਧੀਆ ਬੰਦੇ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਰਿਸਪੈਕਟ ਕਰਦੇ ਨੇ ਅਤੇ ਬੰਦਾ ਜਦੋਂ ਕਿਤੇ ਪਹੁੰਚਦਾ ਨਾ ਉਹਦੇ ਪਿੱਛੇ ਵਾਲੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਉਹਨੂੰ ਜੱਜ ਨਾ ਕਰਿਆ ਕਰਨਾ ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਕਲਾਕਾਰ ਨਹੀਂ ਕਲਾਕਾਰ ਹੈ ਐਂ ਹੋਣਾ ਚਾਹੀਦਾ ਸਪਾਇਲਰ ਤਾਂ ਹੈ ਮੈਂ ਬਹੁਤ ਭੈੜਾ ਬੰਦਾ ਫਿਲਮ ਦੇ ਵਿੱਚ ਦੇਖਿਆ ਜਗਦੇਵ ਜਸ਼ੀਲਾ ਪਿੱਛੇ ਮਤਲਬ ਐਸਾ ਕਿਹੜਾ ਫਰੈਂਡਸ ਦੇ ਔਰ ਲਾਈਕ ਭਾਜੀ ਹੁਣ ਨਰਕਾਂ ਨੂੰ ਜਾਊ ਜੀ ਨੇ ਹੱਥ ਤੇਰਾ ਫੜਿਆ ਨੀ ਨਰਕਾਂ ਨੂੰ ਜਾਊ ਜੀ ਨੇ ਸਤਿ ਸ਼੍ਰੀ ਅਕਾਲ ਹਮਦਰਦ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸ਼ੇਖਰ ਰਾਏ 5 ਤਰੀਕ ਦੀ ਸਵੇਰ ਹੋਈ ਤਾਂ ਕਈ ਲੋਕ ਡਿਸਅਪੁਆਇੰਟ ਹੋਏ ਸ਼ਾਮ ਹੋਈ ਤਾਂ ਖੁਸ਼ ਹੋ ਗਏ ਕਿਉਂਕਿ ਜੋੜੀ ਫਿਲਮ ਜਿਹੜੀ ਕਿ ਪਹਿਲਾਂ ਸਿਨੇਮਾ ਦੇ ਵਿੱਚ ਪਤਾ ਚੱਲਿਆ ਸੀ ਕਿ ਫਿਲਮ ਨਹੀਂ ਲੱਗੀ ਕਈ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਇਆ ਕਿ ਆਪਾਂ ਤਾਂ ਥੀਏਟਰ ਪਹੁੰਚ ਗਏ ਸਵੇਰੇ ਸਵੇਰੇ ਅਤੇ ਫਿਲਮ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲੀ ਉਹਨਾਂ ਨੂੰ ਸ਼ਾਮ ਨੂੰ ਫਿਲਮ ਦੇਖਣ ਨੂੰ ਫਿਰ ਨਹੀਂ ਮਿਲੀ ਕਿਉਂ ਕਿਉਂਕਿ ਹਾਊਸਫੁੱਲ ਗਈ ਸੋ ਬਹੁਤ ਅਮੇਜ਼ਿੰਗ ਓਪਨਿੰਗ ਦੇ ਨਾਲ ਜੋੜੀ ਜਿਹੜੀ ਆ ਉਹ ਦਰਸ਼ਕਾਂ ਤੱਕ ਪਹੁੰਚ ਚੁੱਕੀ ਹੈ ਸੋ ਫਾਈਨਲੀ ਚਾਹੇ ਬਾਹਰ ਐਬਰੋਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਤੇ ਭਾਵੇਂ ਇੰਡੀਆ ਦੇ ਵਿੱਚੋਂ ਐਬਰੋਡ ਦੇ ਵਿੱਚ ਤਾਂ ਪਹਿਲਾਂ ਓਪਨ ਹੋ ਗਈ ਸੀ ਹੁਣ ਪੰਜਾਬ 'ਚ ਇੰਡੀਆ ਦੇ ਵਿੱਚ ਵੀ ਹਰ ਜਗ੍ਹਾ ਦੇ ਉੱਤੇ ਓਪਨ ਹੈ ਸੋ ਫਿਲਮ ਦੇ ਵਿੱਚ ਬਹੁਤ ਹੀ ਅਮੇਜ਼ਿੰਗ ਕਿਰਦਾਰ ਨਿਭਾਉਣ ਵਾਲੇ ਹਰਸਿਮਰਨ ਭਾਅ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਨਵੀਂ ਸ਼ੁਰੂਆਤ ਕੀਤੀ ਹੈ ਜੋੜੀ ਤੋਂ ਐਕਟਿੰਗ ਦੀ ਸੋ ਭਾਅ ਜੀ ਗਾਇਕੀ ਤੋਂ ਬਾਅਦ ਤੁਹਾਡਾ ਸਵਾਗਤ ਹੈ ਹੈ ਨਾ ਫਿਲਮੀ ਦੁਨੀਆ ਦੇ ਵਿੱਚ ਸੋ ਡੈਬਿਊ ਹੋ ਚੁੱਕਿਆ ਬਹੁਤ ਐਕਸਾਈਟਿਡ ਹੋਊਗੇ ਮੁਬਾਰਕਾਂ ਤੁਹਾਨੂੰ ਬਹੁਤ ਥੈਂਕ ਯੂ ਜੀ ਹਮਦਰਦ ਟੀਵੀ ਦੇ ਸਾਰੇ ਸਟਾਫ ਨੂੰ ਸਾਰੇ ਵਿਊਜ਼ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਥੈਂਕ ਯੂ ਸੋ ਮੱਚ ਬਹੁਤ ਵੱਡੀ ਗੱਲ ਹੈ ਮੇਰੇ ਲਈ ਕਿ ਇੰਨੇ ਵੱਡੇ ਪਲੈਟਫਾਰਮ 'ਤੇ ਐਂਟਰੀ ਹੋਈ ਹੈ ਅਜੇ ਬੜਾ ਕੁਛ ਕਰਨਾ ਪਰ ਸ਼ੁਰੂਆਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਸੋ ਵੈਰੀ ਐਕਸਾਈਟਡ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਅਮੇਜ਼ਿੰਗ ਸ਼ੁਰੂਆਤ ਹੋਈ ਹੈ ਨਾ ਜ਼ਿਗਜ਼ੈਗ ਬਣ ਗਿਆ ਅਤੇ ਸਵੇਰੇ ਸਵੇਰੇ ਤਾਂ ਟੈਨਸ਼ਨ ਹੋ ਗਈ ਅਤੇ ਮੈਂ ਤੁਹਾਡੀ ਗੱਲ ਵੀ ਸੁਣ ਰਿਹਾ ਸੀ ਜਦੋਂ ਟੀਮ ਨਾਲ ਬੈਠੇ ਬੋਲ ਰਹੇ ਸੀਗੇ ਭਾਅ ਜੀ ਕਹਿੰਦੇ ਕਿ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਜ਼ਿਆਦਾ ਟੈਨਸ਼ਨ ਹੋ ਗਈ ਸੀ ਹੈ ਨਾ ਡੈਬਿਊ ਹੋਵੇ ਬੰਦੇ ਦਾ ਅਤੇ ਇਸ ਤਰੀਕੇ ਦੇ ਨਾਲ ਫਿਲਮ ਕੰਟਰੋਵਰਸੀ 'ਚ ਆ ਜਾਵੇ ਕੋਈ ਪ੍ਰੋਬਲਮ ਹੋ ਜਾਵੇ ਰੁਕ ਜਾਵੇ ਤਾਂ ਦਿਲ ਘਬਰਾਉਂਦਾ ਸੋ ਉਹ ਤੱਕ ਕਿੱਦਾਂ ਦੀ ਸੀਗੀ ਮੈਂ ਉਹਦੇ ਬਾਰੇ ਜਾਣਨਾ ਉਹ ਤੱਕ ਬਹੁਤ ਭੈੜੀ ਸੀ ਅੱਜ ਮੈਨੂੰ ਲੱਗਦਾ ਜ਼ਿੰਦਗੀ ਸਭ ਤੋਂ ਜ਼ਿਆਦਾ ਸਮਾਂ ਜਿੰਮ ਅੱਜ ਲਾਇਆ ਮੈਂ ਕਿਹਾ ਕਿਸੇ ਪਾਸੇ ਤਾਂ ਐਨਰਜੀ ਕੱਢੀਏ ਦਿਮਾਗ ਲਾਈਏ ਐਂਡ ਕੱਲ੍ਹ ਤਾਂ ਹੀ ਚੱਲੀ ਜਾਂਦਾ ਸੀ ਕੰਮ ਕਿ ਕੀ ਹੋ ਗਿਆ ਨਾਲ ਦੀ ਨਾਲ ਕੋਈ ਵੀ ਪੋਸਟ ਦੇਖ ਲੈਣੀ ਨਾਲ ਦੀ ਨਾਲ ਮੈਂ ਕਰਜ ਭਾਅ ਜੀ ਨੂੰ ਫੋਨ ਕਰਦਾ ਭਾਅ ਜੀ ਇਹੋ ਜਿਹਾ ਕੁਛ ਤਾਂ ਨਹੀਂ ਹੋ ਗਿਆ ਉਹ ਨਹੀਂ ਨਹੀਂ ਠੀਕ ਹੈ ਮੈਂ ਫਿਰ ਰਿਲੈਕਸ ਹੋ ਜਾ ਕਰਾਂ ਫਿਰ ਕੋਈ ਪੋਸਟ ਦੇਖ ਲਿਆ ਕਰਾਂ ਅੰਬਰ ਭਾਅ ਜੀ ਨੂੰ ਫੋਨ ਕਰਦੇ ਕਰਾਂ ਭਾਅ ਜੀ ਇਹੋ ਜਿਹਾ ਕੁਛ ਤਾਂ ਨਹੀਂ ਹੋ ਗਿਆ ਬੰਟੀ ਪੈਸੇ ਭਾਅ ਜੀ ਨੂੰ ਫੋਨ ਕਰ ਮਤਲਬ ਮੇਰਾ ਇਹਨਾਂ ਨਾਲ ਪਿਛਲੇ 3 ਦਿਨਾਂ ਤੋਂ ਇੰਨਾ ਕੁ ਬੰਦਾ ਆਪਦੇ ਘਰ ਵਾਲੀ ਨੂੰ ਫੋਨ ਨਾ ਇੰਨਾ ਕਰੇ ਜਿੰਨਾ ਮੈਂ ਇਹਨਾਂ ਨੂੰ ਕਰ ਲਿਆ ਮੈਂ ਬਹੁਤ ਐਕਸਾਈਟਡ ਸੀ ਫਿਲਮ ਲਈ ਪਹਿਲੀ ਫਿਲਮ ਤੁਹਾਨੂੰ ਤੁਹਾਡੇ ਹਮੇਸ਼ਾ ਦਿਲ ਦੇ ਉਹ ਵੀ ਇੰਨੇ ਵੱਡੇ ਲੈਵਲ 'ਤੇ ਆਉਣੀ ਵੱਡੀ ਗੱਲ ਸਵੇਰੇ ਸਵੇਰੇ ਦਿਲਜੀਤ ਭਾਅ ਜੀ ਨੇ ਵੀ ਜਿਹੜਾ ਇੰਸਟਾਗ੍ਰਾਮ ਦੇ ਉੱਤੇ ਪੋਸਟ ਪਾ ਦਿੱਤੀ ਅਤੇ ਉਸ ਤੋਂ ਬਾਅਦ ਦਰਸ਼ਕਾਂ ਨੂੰ ਜ਼ਿਆਦਾ ਫਿਕਰ ਹੋ ਗਈ ਹੈ ਨਾ ਫੈਨ ਪੇਜਸ ਦੇ ਉੱਤੇ ਲੋਕ ਲਿਖ ਰਹੇ ਕਿ ਆਪਾਂ ਥੀਏਟਰ ਪਹੁੰਚੇ ਅਤੇ ਫਿਲਮੀ ਲੱਗੀ ਅੱਛਾ ਸ਼ਾਮ ਜਦੋਂ ਹੋਈ ਜਦੋਂ ਖੁਸ਼ੀ ਦਾ ਮਾਹੌਲ ਆਇਆ ਜਦੋਂ ਪਤਾ ਲੱਗਿਆ ਫਿਰ ਕੀ ਰਿਐਕਸ਼ਨ ਸੀ ਭੰਗੜੇ ਪਾਏ ਨਹੀਂ ਮੈਂ ਸਾਡੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਘਰੇ ਓਨੈਸਟਲੀ ਜੇ ਮੈਂ ਸਹੀ ਦੱਸਾਂ ਮੈਂ ਮੱਥਾ ਟੇਕਿਆ ਪਹਿਲਾਂ ਤਾਂ ਫਿਰ ਲਲਕਾਰਾ ਮਾਰਿਆ ਇੱਕ ਮੈਂ ਆ ਗਈ ਹੋਏ ਗਨਮੈਨ ਮੇਰੇ ਨਾਲ ਸੀਗੇ ਮੁੰਡੇ ਇਹਨਾਂ ਨੂੰ ਉਠਾਇਆ ਮੈਂ ਫਿਲਮ ਆਊਗੀ ਕਹਿੰਦੇ ਬਾਈ ਜੀ ਵਧਾਈਆਂ ਅਤੇ ਸਾਰਿਆਂ ਨੂੰ ਆਸੇ ਪਾਸਿਆਂ ਨੇ ਮੇਰੇ ਪਤਾ ਮੈਂ ਬਹੁਤ ਮਨ ਸਾਫ਼ ਰੱਖਣ ਦੀ ਕੋਸ਼ਿਸ਼ ਕਰਦਾ ਮੈਂ ਨਹੀਂ ਕਹਿੰਦਾ ਵੀ ਹੈਗਾ ਜਾਂ ਹੋਰ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਕਿਸੇ ਬਾਰੇ ਮਾੜਾ ਨਾ ਸੋਚਾਂ ਵੀ ਨਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਪਰ ਦਿਲ 'ਚ ਤਸੱਲੀ ਸੀ ਇੱਕ ਕਿ ਯਾਰ ਆਪਾਂ ਮਿਹਨਤ ਬਹੁਤ ਕੀਤੀ ਹੈ ਆਪਣੇ ਨਾਲ ਮਾੜਾ ਨਹੀਂ ਹੋਊਗਾ ਫਿਲਮ ਆਊਗੀ ਆਪਣੀ ਦਲਜੀਤ ਭਾਅ ਜੀ ਨੇ ਵੀ ਸੇਮ ਹੀ ਲਿਖਿਆ ਸੀ ਵੀ ਸਾਰੀ ਟੀਮ ਨੇ ਬੜੀ ਜ਼ਿਆਦਾ ਮਿਹਨਤ ਕੀਤੀ ਹੈ 100% ਦਿੱਤਾ ਜੀ ਔਰ ਜਦੋਂ ਜਿਹੜੇ ਸ਼ੋਅਜ਼ ਸ਼ਾਮ ਨੂੰ ਫਿਰ ਓਪਨ ਵੀ ਹੋਣੇ ਸ਼ੁਰੂ ਹੋਏ ਇੰਨੀ ਭੀੜ ਕਿ ਕਿਸੇ ਨੂੰ ਹੁਣ ਟਿਕਟ ਫੇਰ ਨਹੀਂ ਮਿਲ ਰਹੀ ਹੈ ਨਾ ਸਾਰੇ ਹਾਊਸਫੁੱਲ ਜਾ ਰਹੇ ਨੇ ਸੋ ਮੇਰੇ ਖਿਆਲ
ਪਹਿਲਾਂ ਹੁਣ ਕੱਲ੍ਹ ਦੀ ਵੇਟਿੰਗ ਹੋਊਗੀ। ਅੱਛਾ, ਤੁਹਾਨੂੰ ਲੱਗਦਾ ਕਿ ਕਈ ਵਾਰੀ ਕਹਿੰਦੇ ਕਿ ਚੰਗੇ ਕੰਮ ਦੇ ਵਿੱਚ ਰੁਕਾਵਟਾਂ ਬਹੁਤ ਆਉਂਦੀਆਂ ਨੇ, ਇਸ ਪਰ ਫਾਈਨਲੀ ਹੈ ਨਾ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਸੋ ਇਸ ਫਿਲਮ ਦੇ ਲਈ ਮੈਂ ਗੱਲ ਕਰਾਂ, ਸੋ ਨਜ਼ਰ ਵੀ ਆ ਰਿਹਾ ਤੁਹਾਡੇ ਲਈ, ਤਾਂ ਤੁਹਾਡਾ ਡੈਬਿਊ ਹੈ, ਬਟ ਫਿਰ ਵੀ ਉਹ ਜਦੋਂ ਫਿਲਮ ਤੁਸੀਂ ਸ਼ੂਟ ਕਰ ਰਹੇ ਸੀਗੇ, ਉਹਨਾਂ ਪਲਾਂ ਨੂੰ ਜਦੋਂ ਅੱਜ ਕਿਤੇ ਯਾਦ ਕਰਦੇ ਹੋ ਔਰ ਉੱਧਰ ਆਡੀਅੰਸ ਦਾ ਰਿਸਪੋਂਸ ਦੇਖ ਰਹੇ ਹੋ, ਐਕਟ ਸਭ ਦੀ ਤਾਰੀਫ ਹੋ ਰਹੀ ਹੈ, ਤੁਹਾਡੇ ਐਕਟ ਦੀ ਤਾਰੀਫ ਹੋ ਰਹੀ ਹੈ, ਤਾਂ ਇਹ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੀ ਪਲ ਯਾਦ ਆ ਰਹੇ ਨੇ ਉਸ ਸਮੇਂ ਦੇ ਜਿਹੜੇ ਸਾਡੇ ਨਾਲ ਅਗਰ ਸਾਂਝੇ ਕਰਨਾ ਚਾਹੋ? ਇੱਕ ਨਾ ਮੈਂ ਬਹੁਤ ਟਾਈਮ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਗੱਲ ਕਹੀ ਸੀ, ਕਹਿੰਦੇ ਜਦੋਂ ਮੁਸ਼ਕਲਾਂ ਆਉਣ ਲੱਗ ਜਾਣ ਤਾਂ ਸਮਝ ਲਓ ਮੰਜ਼ਿਲ ਨੇੜੇ ਹੈ। ਕਿਆ ਬਾਤ! ਸੋ ਕੁਛ ਵੱਡਾ ਹੋਣ ਲੱਗਿਆ। ਸੋ ਮੈਂ ਉਸ ਤਰੀਕੇ ਨੂੰ ਪੋਜ਼ੀਟਿਵਲੀ ਸੋਚੀ ਜਾਂਦਾ ਸੀ, ਹਾਲਾਂਕਿ ਮਨ ਬਹੁਤ ਹੋਇਆ ਹੋਇਆ ਸੀ, ਉਖੜਿਆ ਹੋਇਆ ਸੀ, ਪਰ ਕਈ ਵਾਰੀ ਚੀਜ਼ਾਂ ਆ ਜਾਂਦੀਆਂ ਕਿ ਕੁਛ ਵੱਡਾ ਹੋਣ ਤੋਂ ਪਹਿਲਾਂ ਜਾਂ ਕੁਛ ਚੰਗਾ ਹੋਣ ਤੋਂ ਪਹਿਲਾਂ ਜਾਂ ਜਦੋਂ ਤੁਸੀਂ ਮੰਜ਼ਿਲ ਦੇ ਨੇੜੇ ਆ ਤੁਹਾਡੇ ਕੋਲ ਔਕੜਾਂ ਆਉਣਗੀਆਂ ਜੀ। ਸੋ ਵਧੀਆ ਰਿਹਾ ਜਿੰਨੀ ਵੀ ਜਰਨੀ ਰਹੀ। ਮੈਂ ਹੁਣ ਮੈਂ ਤਾਂ ਇੱਕ ਤਰੀਕੇ ਨਾਲ ਅੱਜ ਦੀ ਅੱਜ ਦੋ ਨੈਕਸਟ ਦੋ ਤਿੰਨ ਦਿਨ ਤਾਂ ਮੈਂ ਸਾਰਾ ਕੁਝ ਵਾਸ਼ ਆਊਟ ਹੀ ਕਰਕੇ ਰੱਖੂੰਗਾ ਕਿ ਮੇਰੇ ਹੋਰ ਕੁਛ ਨਹੀਂ ਯਾਦ, ਮੈਨੂੰ ਇੰਨਾ ਕੁ ਪਤਾ ਮਿਹਨਤ ਰੰਗ ਲਈ ਆ, ਅਤੇ ਕਿੰਨੀ ਮਿਹਨਤ ਕੀਤੀ ਆ ਕਿਵੇਂ ਕੀਤੀ ਆ ਉਹ ਮੇਰੇ ਫਿਲਹਾਲ ਮੈਂ ਸੋਚਣਾ ਨਹੀਂ ਚਾਹੁੰਦਾ, ਪਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਹਾਂ ਇਸ ਚੀਜ਼ ਨੂੰ ਮੈਂ ਇੰਜੋਏ ਕਰਨਾ ਚਾਹੁੰਦਾ ਜੀ। ਅੱਛਾ, ਮੈਂ ਹੁਣ ਤੁਹਾਡੇ ਤੋਂ ਇੱਕ ਚੀਜ਼ ਪੁੱਛਣਾ ਚਾਹੁੰਦਾ, ਜਿਵੇਂ ਕਿ ਫਿਲਮ ਜਿਹੜੀ ਹੈ ਗਾਇਕ ਕਲਾਕਾਰਾਂ ਦੀ ਜਾਂ ਫਿਰ 1980s ਦਾ ਜਿਹੜਾ ਉਹ ਦੌਰ ਸੀਗਾ, ਮਿਊਜ਼ੀਕਲ ਦੌਰ ਸੀਗਾ, ਮਿਊਜ਼ੀਕਲ ਲਵ ਸਟੋਰੀ ਹੈਗੀ ਹੈ ਫਿਲਮ ਦੇ ਵਿੱਚ, ਸੋ ਤੁਸੀਂ ਵੀ ਗਾਇਕ ਹੋ, ਨਿਮਰਤ ਮੈਮ ਵੀ ਜੋ ਗਾਇਕ ਨੇ, ਉੱਧਰ ਦਿਲਜੀਤ ਭਾਅ ਜੀ ਵੀ ਗਾਇਕ ਨੇ, ਤੋ ਅਸਲ ਦੇ ਵਿੱਚ ਵੀ ਤੁਸੀਂ ਉਸ ਜ਼ਿੰਦਗੀ ਨੂੰ ਜਾਣਦੇ ਹੋ ਕਿ ਗਾਇਕ ਕਲਾਕਾਰਾਂ ਦੇ ਸਟਰਗਲ ਕੀ ਹੁੰਦੇ ਨੇ, ਸਭ ਕੀ ਹੁੰਦਾ, ਸੋ ਫਿਲਮ ਕਿੱਦਾਂ ਦੇ ਗਲਿੰਪਸ ਜਿਹੜੇ ਨੇ ਉਹ ਆਡੀਅੰਸ ਲਈ ਲੈ ਕੇ ਆ ਰਹੀ ਹੈ, ਜਦੋਂ ਤੁਹਾਡੇ ਮੂੰਹ ਤੋਂ ਸੁਣਨਗੇ ਤਾਂ ਜ਼ਿਆਦਾ ਐਕਸਾਈਟ ਹੋਣਗੇ? ਨਹੀਂ, ਇਹ ਨਾ ਕਲਾਕਾਰਾਂ ਨੂੰ ਨਾ ਟਾਰਗੇਟ ਕੀਤਾ ਜਾਂਦਾ ਪਹਿਲੇ ਦਿਨ ਤੋਂ ਹੀ, ਪਤਾ ਨਹੀਂ ਕਿਉਂ, ਆਮ ਲੋਕਾਂ ਵੱਲੋਂ ਵੀ, ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਲੋਕ ਉਹਨੂੰ ਵੀ ਟਾਰਗੇਟ ਕਰਦੇ ਆ, ਖੁਸ਼ਕ ਹੁੰਦੇ ਆ, ਹਿਊਮਨ ਨੇਚਰ ਹੈ ਕਿ ਤੁਹਾਡਾ ਧਿਆਨ ਉਹ ਕੁਛ ਚੰਦ ਕੁ ਲੋਕਾਂ ਵੱਲ ਜਾਂਦਾ ਹੀ ਜਾਂਦਾ, ਜਿਹੜੇ ਤੁਹਾਡਾ ਵਿਰੋਧ ਕਰਦੇ ਆ ਜਾਂ ਜਿਹੜੇ ਤੁਹਾਨੂੰ ਡਿਸਲਾਈਕ ਕਰਦੇ ਆ, ਹੈ ਨਾ, ਪਰ ਅਸਲ ਦੇ ਵਿੱਚ ਉਹ ਵੀ ਇਨਸਾਨ ਹੈ, ਇਹ ਫਿਲਮ ਦੇ ਵਿੱਚ ਇਹੀ ਦੱਸਿਆ ਗਿਆ ਕਿ ਉਹ ਅਸਲ ਦੇ ਵਿੱਚ ਉਹ ਵੀ ਇਨਸਾਨ ਆ, ਉਹਨਾਂ ਦਾ ਵੀ ਪਰਿਵਾਰ ਹੈ, ਉਹਨਾਂ ਦਾ ਵੀ ਕਿਸੇ ਨਾਲ ਇਸ਼ਕ ਮੁਸ਼ਕ ਚੱਲ ਰਿਹਾ, ਉਹਨਾਂ ਦਾ ਵੀ ਕਿਸੇ ਨਾਲ ਮਾੜੀ ਮੋਟੀ ਲਾਗ ਡਾਟ ਚੱਲੀ ਜਾਂਦੀ, ਉਹਨਾਂ ਦੀ ਭਾਵਨਾਵਾਂ, ਉਹਨਾਂ ਦੀਆਂ ਭਾਵਨਾਵਾਂ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਅਸਲ ਦੇ ਵਿੱਚ ਟੀਵੀ 'ਤੇ ਦੇਖ ਕੇ ਜਾਂ ਥੀਏਟਰ ਦੇ ਵਿੱਚ ਦੇਖ ਕੇ ਕਹਿੰਦੇ ਵੀ ਹਾਂ ਕੋਈ ਆ ਗਿਆ, ਪਰ ਉਹਨਾਂ ਨੂੰ ਜਰਨੀ ਦਾ ਨਹੀਂ ਪਤਾ ਪਿੱਛੇ ਕੀ ਹੈ, ਕਿੱਥੋਂ ਕਿੱਥੋਂ ਬੰਦਾ ਕਿਵੇਂ ਕਿਵੇਂ ਕੀ ਕਰਕੇ ਆਇਆ ਪਤਾ ਨਹੀਂ, ਜਿਹੜੀ ਉਹਨਾਂ ਦੀ ਜਰਨੀ ਹੈਗੀ ਹੈ ਉਹ ਤਾਂ ਹੈਗੀ ਹੈਗੀ ਆ, ਉਹਨਾਂ ਦੇ ਮਾਂ ਪਿਓ ਦੀਆਂ ਪਤਾ ਨਹੀਂ ਕਿੰਨੀਆਂ ਸੁੱਖਾਂ ਸੁੱਖੀਆਂ ਹੋਈਆਂ ਜੀ, ਜਿਹਨਾਂ ਨੂੰ ਭਾਗ ਲੱਗੇ ਹੋਏ ਨੇ, ਜਿਹੜੀਆਂ ਸੁੱਖਾਂ ਪੂਰੀਆਂ ਹੋਈਆਂ ਹੋਈਆਂ, ਜਿਹੜੀਆਂ ਪਰਮਾਤਮਾ ਦੇ ਦਰ 'ਤੇ ਕਬੂਲ ਹੋਈਆਂ, ਉਹ ਚੀਜ਼ਾਂ ਇਹ ਸਾਰੀਆਂ ਅਸਲ ਦੇ ਵਿੱਚ ਮੈਂ ਰੀਅਲੀ ਚਾਹੁੰਦਾ ਕਿ ਸਾਰੇ, ਮੈਂ ਤਾਂ ਖੁਸ਼ ਕਿਸਮਤ ਹਾਂ, ਪਰਮਾਤਮਾ ਹਮੇਸ਼ਾ ਮਿਹਰ ਰੱਖੇ, ਮੇਰੇ ਯਾਰ ਦੋਸਤ ਆਸੇ ਪਾਸੇ ਵਾਲੇ ਬਹੁਤ ਵਧੀਆ ਬੰਦੇ ਨੇ, ਮੈਨੂੰ ਬਹੁਤ ਪਿਆਰ ਕਰਦੇ ਨੇ, ਬਹੁਤ ਰਿਸਪੈਕਟ ਕਰਦੇ ਨੇ, ਮੈਂ ਇਸ ਗੱਲ ਤੋਂ ਕਈ ਵਾਰੀ ਭਾਵੁਕ ਵੀ ਹੋਇਆ ਨਾ ਵੀ ਮੈਂ ਕੁਛ ਬਹੁਤ ਸਪੈਸ਼ਲ ਕੀਤਾ ਹੋਇਆ ਜ਼ਿੰਦਗੀ ਦੇ ਵਿੱਚ, ਕਿ ਮੇਰੇ ਯਾਰ ਦੋਸਤ ਬਹੁਤ ਘੈਂਟ ਆ ਸਾਰੇ, ਜਿੰਨੇ ਵੀ ਉਹਨਾਂ ਦੇ, ਅੱਛਾ ਉਹਨਾਂ ਦੇ ਮਾਂ ਪਿਓ ਵੀ ਮੇਰੇ ਸਾਰੇ ਬਹੁਤ ਕਲੋਜ਼ ਹੈ, ਜਿੰਨੇ ਵੀ ਮੇਰੇ ਯਾਰ ਦੋਸਤ ਨੇ ਉਹਨਾਂ ਦੇ ਮਾਂ ਪਿਓ ਵੀ ਮੇਰੇ ਬਹੁਤ ਕਲੋਜ਼ ਹੈ, ਸੋ ਇਹ ਜੀ ਇਹ ਬਲੈਸਿੰਗਸ ਹੈ। ਹੁਣ ਇਹ ਫਿਲਮ ਨੂੰ ਲੈ ਕੇ ਵੀ ਐਂ ਹੈ ਕਿ ਬੜਾ ਕੁਛ ਉਹਦੇ ਵਿੱਚ ਜਰਨੀ ਦਿਖਾਈ ਗਈ ਹੈ, ਭਾਵੇਂ ਅੱਜ ਤੋਂ ਪਹਿਲਾਂ ਦੀ ਲਾ ਲਓ ਜੀ, 80s ਦੀ ਲਾ ਲਓ, 90s ਦੀ ਲਾ ਲਓ, 2000 ਦੀ ਲਾ ਲਓ, 10-20 ਜੋ ਵੀ ਹੈ, ਇੱਕ ਨਾ ਤੁਹਾਨੂੰ ਕਨਸੈਪਟ ਜ਼ਿੰਦਗੀ ਦੇ ਵਿੱਚ ਸਮਝਣਾ ਹੀ ਪੈਣਾ ਕਿ ਬੰਦਾ ਜਦੋਂ ਕਿਤੇ ਪਹੁੰਚਦਾ ਨਾ ਉਹਦੇ ਪਿੱਛੇ ਵਾਲੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ, ਉਹਨੂੰ ਜੱਜ ਨਾ ਕਰਿਆ ਕਰੋ, ਉਹਨੂੰ ਪੋਜ਼ੀਟਿਵ ਤਰੀਕੇ ਨਾਲ ਲਿਆ ਕਰੋ। ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਕਲਾਕਾਰ ਨਹੀਂ ਕਲਾਕਾਰ ਹੈ, ਐਂ ਹੋਣਾ ਚਾਹੀਦਾ ਵੀ ਉਨਾ ਲਾਈਟਲੀ ਜਾਂ ਉਨਾ ਈਜ਼ੀ ਜਜਮੈਂਟਲ ਹੋ ਜਾਣਾ ਤੁਹਾਡੇ ਲਈ ਬਹੁਤ ਆਸਾਨ ਹੈ ਤੁਹਾਡੇ ਲਈ, ਪਰ ਸਾਹਮਣੇ ਇੱਕ ਬੰਦੇ ਦੀ ਪਿੱਛੇ ਪੂਰੀ ਜ਼ਿੰਦਗੀ ਖੜੀ ਹੁੰਦੀ ਹੈ। ਤੁਹਾਨੂੰ ਅਗਰ ਮੈਂ ਗੱਲ ਕਰਾਂ, ਜਦੋਂ ਤੁਸੀਂ ਆਪਣੇ ਕਰੀਅਰ ਦੀ, ਗਾਇਕੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਸੀ, ਹੁਣ ਤਾਂ ਚਲੋ ਤੁਸੀਂ ਹੁਣ ਸਾਡੇ ਫਿਲਮ ਸਟਾਰ ਹੋ, ਸੋ ਜਦੋਂ ਗਾਇਕੀ ਕਰੀਅਰ ਦੀ ਸ਼ੁਰੂਆਤ ਕਰਦੇ ਪਏ ਸੀ, ਕੀ ਤੁਹਾਨੂੰ ਵੀ ਚੈਲੇਂਜਸ ਫੇਸ ਕਰਨੇ ਪਏ ਜਾਂ ਰਿਜੈਕਸ਼ਨਸ ਫੇਸ ਕਰਨੀਆਂ ਪਈਆਂ ਹੋਣ, ਕਿਤੇ ਔਂਕੜਾ ਆਈਆਂ ਹੋਣ ਤਾਂ ਕੁਛ? ਨਹੀਂ, ਉਹ ਕੰਮ ਮੈਂ ਪਹਿਲਾਂ ਹੀ ਕਰ ਲਿਆ ਸੀ। ਅੱਛਾ, ਮੈਂ ਆਸਟ੍ਰੇਲੀਆ ਰਹਿੰਦਾ ਸੀ, ਆਪਾਂ ਆਪਦੇ ਪੈਰਾਂ 'ਤੇ ਖੜ੍ਹੇ ਹੋਏ ਪਹਿਲਾਂ। ਓਕੇ, ਹਾਂ, ਸੋ ਮੈਨੂੰ ਨਾ ਕਿਸੇ ਵੀਡੀਓ ਬਜਟ ਦੀ ਪ੍ਰੋਬਲਮ ਆਈ, ਨਾ ਕਿਸੇ ਨਾਲ ਮਿਊਜ਼ਿਕ ਕਰਨ ਦੀ ਪ੍ਰੋਬਲਮ ਆਈ, ਹਾਲਾਂਕਿ ਜਿਹੜੇ ਜਿੰਨੇ ਵੀ ਸਿੰਗਰ ਭਰਾ ਸਟਰਗਲ ਕਰ ਰਹੇ ਸੀ ਉਹਨਾਂ ਦੀ ਮੈਂ ਵੀ ਮਾੜਾ ਮੋਟਾ ਹੈ, ਜਿੰਨੀ ਮੇਰੇ ਵੱਲੋਂ ਸੀ ਹੈਲਪ ਕਰਦੇ ਰਹਿੰਦੇ ਸੀ, ਹੈ ਨਾ, ਅਤੇ ਇਹ ਜੀ ਕੋਈ ਪਲਾਨ। ਸਭ ਤੋਂ ਜ਼ਿਆਦਾ ਪ੍ਰੋਬਲਮ ਮੈਨੂੰ ਜ਼ਿੰਦਗੀ ਬਣਾਉਣ 'ਚ ਆਈ ਹੈ, ਜਿਹੜੀ ਮੈਂ ਆਪ ਬਣਾਈ ਹੈ, ਸਿੰਗਰ ਬਣਨ 'ਚ ਨਹੀਂ, ਮੈਨੂੰ ਜ਼ਿੰਦਗੀ ਬਣਾਉਣ 'ਚ। ਉਹ ਵੀ ਮੈਂ ਆਸਟ੍ਰੇਲੀਆ ਬਹੁਤ 2007-08 ਦਾ ਗਿਆ ਹੋਇਆ ਜੀ, ਕਾਰਾਂ ਵੀ ਧੋਤੀਆਂ, ਭਾਂਡੇ ਵੀ ਮਾਂਜੇ, ਮੈਨੂੰ ਲੱਗਦਾ ਤੁਸੀਂ ਦੇਖੇ ਨਹੀਂ ਹੋਣੇ ਜਿੰਨੇ ਮੈਂ ਮਾਂਜਤੇ ਜ਼ਿੰਦਗੀ 'ਚ। ਸੋ ਪਰ ਮੈਂ ਇਹ ਕਹਿ ਕੇ ਕੋਈ ਐਂ ਨਹੀਂ ਕੋਈ ਪਬਲਿਸਿਟੀ ਨਹੀਂ ਲੈਣਾ ਚਾਹੁੰਦਾ, ਹਰੇਕ ਬੰਦਾ ਆਪਦੀ ਜ਼ਿੰਦਗੀ 'ਚ ਕੁਛ ਨਾ ਕੁਛ ਕਰਦਾ ਹੀ ਆਪਦੇ ਲਈ, ਹੈ ਨਾ। ਤੋ ਉਦੋਂ ਇਹੋ ਜਿਹੇ ਕੰਮ ਸੀਗੇ ਸਾਡੇ ਕੋਲ, ਉਦੋਂ ਕੀਤੇ ਸਕਿਉਰਟੀ ਵੀ ਕੀਤੀ, ਸਭ ਬੜਾ ਕੁਛ ਕੀਤਾ, ਅਤੇ ਉਹ ਕੰਮ ਮੈਂ ਪਹਿਲਾਂ
ड्रीम माइट कम ट्रू माइट नॉट है ना, सुपना कदी पूरा हो भी सकता नहीं भी हो सकता, पर मैं आपका बेस पहला तैयार किया कि मैं कल कोई प्रॉब्लम ना आए अगे तो सो समा दी चार बंदे दी कीती हुई होर मद भी चल कुछ नहीं होंदा यार इन्ने कि तू मैं ला दिना इन्ने का एन सो परमात्मा ने शायद ताई सुन लिया अज्ज क्या बात है। अच्छा तुहाडी गल्ला सुन रहा ना मैं उहदे विच ना मैनू किते ना किते जैज़ी भाजी वाली रिफलैक्शन आ रही है लाइक उन्हां दा जिहड़ा कॉन्फिडेंस है उन्हां दा जिहड़ा गल करन दा स्टाइल या विजन जिन्ना ओपन रख के वह गल करते हैं मैनू वह चीज़ नज़र आ रही है शायद उही है नहीं शायद उही है कि उन्होंने भी मेहनत कीतियां हुई ने अपने समय दियाँ वो पता है कि हुण इन्ने साल बिताए ने होर तुसीं भी उस पड़ाव तो निकल के अज आ रहे हो अज जदों जोड़ी फिल्म का पार्ट बने दिलजीत भाजी नाल काम करन दा मौका मिलिया या निमरत जी नाल काम करन दा मौका मिलिया तां एक्सपीरियंस की सीगा उन्हां तों भी बड़ा कुछ सीखण नूं समझण नूं ऑब्जर्व करन नूं मिलिया होएगा सो तुहाडी दिलजीत भाजी नाल केमिस्ट्री ऑन सैट किवें दी रही। असल दे विच ना जो आर्टिस्ट तुसीं सोचदे होगे तुसीं आर्टिस्ट हो तुसीं कई बार कार्ज भी कितने जाने बाहर मैं देखता रहना है वो की करी जाता वो की करी की पता लगता कई बार सब्जी बेचने वाले का रोल करना पै जाए वो कैसे बैठा है ना फिर अपने किन्नर आ जाते किन्ने सड़क पर है ना तो वो मैं ऑब्जर्व करता रहना ऑब्जरवेशन सब तो ज्यादा वड्डी क्लास है मैंने लगता जी तुम लै सकते एक्टिंग हाँ एक्टिंग तो दिलजीत भाजी इन्ने वे स्टार हो के सू बहुत वजिए नॉर्मली सू ट्रीट किया वजिए प्यार भाजी ए कर लिए भाजी ए कर लिए भाजी ए कर लिए सो उन्हों का बहुत हैल्पफुल रहा वो बिहेवियर नहीं आया होता उ जो थोड़ा माड़ा मोटा कुछ गल ना मन मुटाव हो जाए उदो फिर नैचुरली देखूगा तो लोगों को भी पता की हो गया पिछे लोगों ने भी ये एक्टर माड़ा है है ना पर जो एनवायरमेंट ही इन्ना वधिया सारे ने वधिया काम किया। तुहाडे कैरेक्टर बारे अगर कुछ स्पॉयलर सानू दे सको स्पॉयलर तो है मैं बहुत भैड़ा बंदा फिल्म ते हरसमिरन नहीं रखन दे फिर भी चल जांदा मैं कहना नहीं कोई नहीं यार पर इज गुड ओके सो साढ़े वालों दुआवां ने तुहानू लोगों का बहुत अच्छा रिस्पोंस मिल रहा है और साढ़े वालों तुहानू ये दुआवां ने कि तुसी इस तरीके नाल पौड़ी दर पौड़ी चढ़ते जाओ सो अगली फिल्म दे विच भी देखने लिए एक्साइटेड है कोई साइन हो गई है कुछ इदा दा भी स्पॉयलर बड़ा कुछ आ रहा है बड़ा कुछ आ रहा है बड़ा कुछ आ रहा है पहला तैयार भी पईयां कुछ तां ओह हुण इहदे नाल राह खुल गया आ जाणगियां सो मेरे वालों एक बार फिर हमदर्द टीवी देखने वाले सारे स्टाफ नूं जिहड़े ऑफिस च भी बैठे उन्होंने भी बहुत सारा प्यार सत्कार तो परमात्मा हमेशा चढ़दी कला रखे सारा नूं थोड़े सुपने पूरे होण मेरे वालों दिल दी दुआ इच्छा जाहिर करदा मैं परमात्मा चढ़दी कला रखे ऐ नहीं भाजी छड़ना सी गीत दे बोल होणगे हुण कुछ कल फेशिया के चेरी तेरे जट दी ही अहेरे गाने बैन होए हुए हैं ना ना कोई नहीं हूँ नरकां नूं जाऊ जी ने हाथ तेरा फड़िया नहीं नरकां नूं जाऊ जी ने फिल्म दा गाना है फिल्म दा गीत है ना ओ मुबारकां और दर्शकां नूं असीं कहांगे कि फटाफट नेड़े दे थिएटर्स दे विच पहुंचो कोशिश करो टिकट मिल जाऊगी तो जाके देख के आओ थैंक यू जी प्लीज जोड़ी देख के आओ।